ਹਾਂਜੀ, ਤੁਹਾਡਾ ਸਭ ਦਾ ਸਵਾਗਤ ਆ। ਅੱਜ ਦੀ ਕਲਾਸ ਦੇ ਵਿੱਚ ਅਸੀਂ ਭਿੰਨਾਂ ਬਾਰੇ ਪੜ੍ਹਾਂਗੇ। ਮੈਥ ਦੇ ਵਿੱਚ ਜਿਹੜਾ ਕਨਸੈਪਟ ਆ ਫਰੈਕਸ਼ਨਸ, ਸਾਰਿਆਂ ਨੂੰ ਪਤਾ ਹੀ ਆ, ਜਿਹੜੀ ਸੰਖਿਆ ਪੂਰਨ ਦੇ ਭਾਗ ਨੂੰ ਦਰਸਾਉਂਦੀ ਆ ਉਸਨੂੰ ਭਿੰਨ ਕਿਹਾ ਜਾਂਦਾ ਹੈ। ਜਿਵੇਂ 4 ਦੇ ਵਿੱਚੋਂ 3 ਹਿੱਸੇ, 4 ਹਿੱਸੇ ਨੇ, 4 ਦੇ ਵਿੱਚੋਂ 3 ਹਿੱਸੇ ਨੇ ਜਿਹੜੇ ਉਹ ਖਾਲੀ ਨੇ। ਇਟ ਮੀਨਸ 3/4 ਇਹ ਭਿੰਨ ਆ ਇਸਦੀ। ਇਹਦੀਆਂ ਟਾਈਪਸ ਨੇ, ਕੁਛ ਕਿਸਮਾਂ ਨੇ, ਜਿਵੇਂ ਉਚਿਤ ਭਿੰਨ ਕਿਹੜੀ ਹੁੰਦੀ ਆ ਥੋੜ੍ਹੀ ਜਿਹੀ ਅਸੀਂ ਨਿਗਾਹ ਮਾਰਦੇ ਹਾਂ। ਇਹ ਵੀ ਤੁਸੀਂ ਜਾਣਦੇ ਹੋ ਕਿ ਨੀਚੇ ਵਾਲੇ ਨੂੰ ਜਿਹੜਾ ਇਹ ਹਰ ਕਿਹਾ ਜਾਂਦਾ ਹੈ ਅਤੇ ਉੱਪਰ ਵਾਲੇ ਨੂੰ ਅੰਸ਼ ਕਿਹਾ ਜਾਂਦਾ ਹੈ। ਤਾਂ ਹੁਣ ਪ੍ਰੋਪਰ ਫਰੈਕਸ਼ਨ ਕਿਹੜੀ ਹੁੰਦੀ ਆ? ਉਚਿਤ ਭਿੰਨ ਜਿਹਦਾ ਅੰਸ਼ ਆ ਜਿਹੜਾ ਉਹ ਹਰ ਨਾਲੋਂ ਛੋਟਾ ਹੁੰਦਾ, ਭਾਵ ਹਰ ਵੱਡਾ ਹੈ ਅਤੇ ਅੰਸ਼ ਆ ਜਿਹੜਾ ਉਹ ਛੋਟਾ ਹੈ, ਤਾਂ ਇਹਨੂੰ ਉਚਿਤ ਭਿੰਨ ਕਹਿੰਦੇ ਨੇ। ਸਹੀ ਭਿੰਨ ਆ ਇਹ। ਅਣਉਚਿਤ ਭਿੰਨ ਜਿਹਦਾ ਅੰਸ਼ ਆ ਜਿਹੜਾ ਹਰ ਨਾਲੋਂ ਵੱਡਾ ਹੁੰਦਾ ਹੈ, ਮਤਲਬ ਇਹਨੂੰ ਉਲਟਾ ਦਈਏ ਜੇ ਤਾਂ ਇਹ ਅਣਉਚਿਤ ਭਿੰਨ ਭਾਵ ਇਮਪ੍ਰੋਪਰ ਫਰੈਕਸ਼ਨ ਬਣ ਜਾਂਦੀ ਹੈ। ਅੱਗੇ ਮਿਕਸਡ ਫਰੈਕਸ਼ਨ ਆ, ਮਿਸ਼ਰਤ ਭਿੰਨ ਆ। ਕਈ ਵਾਰੀ ਤੁਸੀਂ ਰਕਮ ਜਿਹੜੀ ਉਹ ਇਸ ਤਰ੍ਹਾਂ ਦੀ ਦੇਖਦੇ ਹੋ, ਜਿਹੜੀ ਸਹੀਆਂ ਵਾਲੀ ਕਹਿ ਦਿੰਦੇ ਹਾਂ ਅਸੀਂ, ਤਾਂ ਸਹੀਆਂ ਵਾਲੀ 1/2, 5, ਤਾਂ ਇਹਦਾ ਕੀ ਮਤਲਬ ਆ? ਇਹਦਾ ਮਤਲਬ ਆ ਕਿ ਇਹ ਜਿਹੜੀ ਭਿੰਨ ਆ ਇਹਦੇ ਵਿੱਚ ਅਸੀਂ 7 ਨੂੰ ਵਿੱਚ ਰੱਖ ਕੇ 5 ਨਾਲ ਭਾਗ ਦਈਏ ਤਾਂ ਇਹ ਜਿਹੜੀ ਆ ਉਹ ਭਿੰਨ ਬਣ ਜਾਂਦੀ ਆ। ਤਾਂ ਇੱਕ ਹਿੱਸਾ ਜਿਹੜਾ ਇਹ ਪੂਰਾ ਅਤੇ ਬਾਕੀ ਦਾ ਜਿਹੜਾ 2/5, ਤਾਂ ਇਹਦਾ ਮਤਲਬ ਇਹ ਆ 5 ਦੇ ਵਿੱਚੋਂ 1 ਹਿੱਸਾ ਪੂਰਾ ਅਤੇ ਬਾਕੀ 2/5। ਤਾਂ ਇਸ ਤਰ੍ਹਾਂ ਨਾਲ ਇਹਨੂੰ ਲਿਖ ਸਕਦੇ ਹਾਂ। ਫਿਰ ਲਾਈਕ ਫਰੈਕਸ਼ਨ ਆ, ਸਮਾਨ ਭਿੰਨਾ, ਜਿਨ੍ਹਾਂ ਦੇ ਹਰ ਨੇ ਜਿਹੜੇ ਉਹ ਸਮਾਨ ਹੋਣ ਉਹ ਸਮਾਨ ਭਿੰਨਾ ਹੁੰਦੀਆਂ ਨੇ। ਅਸਮਾਨ ਭਿੰਨਾ ਜਿਨ੍ਹਾਂ ਦੇ ਹਰ ਸਮਾਨ ਨਾ ਹੋਣ, ਮਤਲਬ ਅਲੱਗ ਅਲੱਗ ਹੋਣ, ਇਹ ਅਸਮਾਨ ਭਿੰਨਾ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਦਸ਼ਮਲਵ ਭਿੰਨਾ, ਡੈਸੀਮਲ ਫਰੈਕਸ਼ਨ, ਜਿਹਦੇ ਵਿੱਚ ਜਿਹੜਾ ਹਰ ਆ ਉਹ 1 ਨਾਲ 0 ਲੱਗ ਕੇ ਆਵੇ, ਭਾਵ 10, 100, 1000 ਇਸ ਤਰ੍ਹਾਂ ਦੀ ਤਰੀਕ ਸਥਿਤੀ ਨਾਲ ਜਿਹੜਾ ਹਰ ਹੁੰਦਾ ਹੈ, ਉਹ ਜਿਹੜੀਆਂ ਨੇ ਭਿੰਨਾਂ ਨੇ ਉਹ ਦਸ਼ਮਲਵ ਭਿੰਨਾਂ ਕਹਾਉਂਦੀਆਂ ਨੇ। ਸਿੰਪਲ ਫਰੈਕਸ਼ਨ, ਸਧਾਰਨ ਭਿੰਨਾਂ, ਸਧਾਰਨ ਭਿੰਨਾਂ ਜਿਨ੍ਹਾਂ ਦਾ ਹਰ 10, 100 ਅਤੇ 1000 ਤੋਂ ਬਿਨਾਂ ਹੋਵੇ, ਉਹ ਸਧਾਰਨ ਭਿੰਨ ਕਹਾਉਂਦੀਆਂ। ਮੀਨਜ ਉਹਦੇ ਨੀਚੇ 1 ਦੇ ਨਾਲ 0 ਦੀ ਸਥਿਤੀ ਦੇ ਵਿੱਚ ਕੋਈ ਹਰ ਨਾ ਹੋਵੇ, ਭਾਵ 7/15, 4/25, 2/17 ਇਹ ਆਮ ਜਿਹੜੀਆਂ ਨੇ ਇਹ ਸਧਾਰਨ ਭਿੰਨਾਂ ਨੇ। ਇਸ ਤੋਂ ਇਲਾਵਾ ਤੁਲ ਭਿੰਨਾਂ, ਇਕਵੈਲੈਂਟ ਫਰੈਕਸ਼ਨਸ ਹੁੰਦੀਆਂ ਨੇ, ਜਿਵੇਂ ਜਿਨ੍ਹਾਂ ਦੇ ਵਿੱਚ 1/2, 2/4, 3/6 ਤੁਲ ਭਿੰਨਾਂ ਨੇ। ਕਿਵੇਂ ਨੇ? ਜੇ ਅਸੀਂ ਇਸ ਨੂੰ ਕੱਟਾਂਗੇ ਤਾਂ ਇੱਥੇ ਜਿਹੜਾ ਹੈ ਉਹ 1/2 ਆਊਗਾ, ਇਸ ਨੂੰ ਆਪਸ ਦੇ ਵਿੱਚ ਕੱਟਾਂਗੇ ਤਾਂ ਇੱਥੇ ਵੀ 1/2 ਆਊਗਾ। ਤਾਂ ਇਹ ਸਾਰੇ ਜਿਹੜੇ ਨੇ ਇੱਕ ਸਾਰ ਨੇ, ਤਾਂ ਇਸ ਲਈ ਇਹਨਾਂ ਨੂੰ ਇਕਵੈਲੈਂਟ ਫਰੈਕਸ਼ਨ ਜਾਂ ਤੁਲ ਭਿੰਨਾਂ ਕਿਹਾ ਜਾਂਦਾ ਹੈ। ਥੋੜ੍ਹੀ ਜਿਹੀ ਗੱਲ ਹੋਰ ਧਿਆਨ ਦੇਣ ਯੋਗ ਆ, ਅਣਉਚਿਤ ਭਿੰਨਾਂ ਨੂੰ ਮਿਸ਼ਰਤ ਭਿੰਨ ਅਤੇ ਮਿਸ਼ਰਤ ਭਿੰਨ ਨੂੰ ਅਣਉਚਿਤ ਭਿੰਨ ਵਿੱਚ ਦਰਸਾਇਆ ਜਾ ਸਕਦਾ ਹੈ। ਜਿਵੇਂ 15/2 ਇੱਕ ਅਣਉਚਿਤ ਭਿੰਨ ਆ, ਨਾਲ ਹੀ 15/2 ਆ ਜਿਹੜੀ ਉਹ ਇੱਕ ਮਿਸ਼ਰਤ ਭਿੰਨ ਵੀ ਆ, ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ 3/5 ਇੱਕ ਮਿਸ਼ਰਤ ਭਿੰਨ ਆ,
ਤੇ ਇਸ ਦੀਆਂ ਜੇ ਸਹੀਆਂ ਤੋੜ ਦਈਏ ਅਸੀਂ ਤਾਂ ਇਹ ਇੱਕ ਤੁਲ ਭਿੰਨ ਜਿਹੜੀ ਅਣਉਚਿਤ ਭਿੰਨ ਆ ਉਹ ਬਣ ਜਾਂਦੀ ਹੈ। ਅਤੇ ਸਹੀਆਂ ਤੋੜਨ ਦਾ ਵੀ ਤੁਸੀਂ ਥੋੜ੍ਹਾ ਜਿਹਾ ਹਿਸਾਬ ਦੇਖ ਲਓ ਕਿ ਕਿਵੇਂ ਇਹ ਹੁੰਦਾ ਹੈ। ਤਾਂ ਇਹਨਾਂ ਦੋਨਾਂ ਨੂੰ ਆਪਸ 'ਚ ਕਰਨੀ ਆ ਗੁਣਾ, ਜਿੰਨਾ ਗੁਣਾ ਕਰਕੇ ਆਇਆ ਉਸ ਦੇ ਵਿੱਚ ਇਹਨੂੰ ਜੋੜ ਦੇਣਾ ਹੈ। ਤਾਂ ਸਾਹਮਣੇ ਵਾਲੇ ਨੂੰ ਹਰ ਦੇ ਨਾਲ ਜਿਹੜਾ ਹੈ ਗੁਣਾ ਕਰਨੀ ਆ, ਗੁਣਾ ਕਰਕੇ ਜਿੰਨਾ ਉਸ ਉੱਪਰ ਉੱਪਰਲਾ ਜੋੜ ਦੇਣਾ, ਅਤੇ ਫਿਰ ਬਟੇ ਜਿੰਨਾ ਕੈਲਕੂਲੇਟ ਕਰਕੇ ਆਇਆ ਸੋਲਵ ਕਰਕੇ ਆ ਉਸ 'ਤੇ ਬਟੇ ਲਗਾ ਦੇਣਾ ਹੈ। ਤਾਂ ਇਸ ਤਰ੍ਹਾਂ ਨਾਲ ਇਹ ਬਣਦਾ ਹੈ। ਤਾਂ ਹੁਣ ਅੱਗੇ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਦੇਖਦੇ ਹਾਂ ਸਵਾਲ ਉਦਾਹਰਨਾਂ, ਜਿਵੇਂ 2/3 ਦੀਆਂ 5 ਤੁਲ ਭਿੰਨਾਂ ਲਿਖਣੀਆਂ ਨੇ। ਤਾਂ 2/3 ਨੂੰ ਪਹਿਲਾਂ 2 ਨਾਲ ਗੁਣਾ, ਫਿਰ ਉੱਪਰ ਹੇਠਾਂ 3 ਨਾਲ ਗੁਣਾ, ਫਿਰ ਉੱਪਰ ਹੇਠਾਂ 4 ਨਾਲ ਗੁਣਾ, ਉੱਪਰ ਹੇਠਾਂ 5 ਨਾਲ ਗੁਣਾ, ਉੱਪਰ ਹੇਠਾਂ 6 ਨਾਲ। ਤਾਂ ਜਿੰਨੀਆਂ ਲਿਖਣੀਆਂ ਨੇ ਉੰਨੀਆਂ ਅਸੀਂ ਲਿਖ ਸਕਦੇ ਹਾਂ। ਤਾਂ ਇਹ ਇੱਕੋ ਹੀ ਪਹਾੜੇ ਦੇ ਵਿੱਚ ਜਿਹੜੀਆਂ ਨੇ ਅੱਗੇ ਵੱਧਦੀਆਂ ਜਾਂਦੀਆਂ ਨੇ। ਤਾਂ ਇਹਦਾ ਮਤਲਬ 2 ਦਾ ਪਹਾੜਾ ਜਿਹੜਾ 5 ਸਟੈਪ ਅੱਗੇ ਲਿਖਣਾ, ਅਤੇ 3 ਦਾ ਪਹਾੜਾ ਜਿਹੜਾ ਉਹ ਵੀ 5 ਸਟੈਪ ਅੱਗੇ ਲਿਖਣਾ ਹੈ। ਹੁਣ ਇੱਥੇ ਜਿਹੜੀਆਂ ਨੇ ਇਹ ਮਿਸ਼ਰਤ ਭਿੰਨਾਂ ਨੇ, ਮਿਸ਼ਰਤ ਭਿੰਨਾਂ ਨੂੰ ਜੋੜਨਾ ਹੈ। ਤਾਂ ਭਿੰਨਾਂ ਦੇ ਵਿੱਚ ਜੋੜ ਆ ਜਿਹੜਾ ਉਹ ਕਿਵੇਂ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮਿਸ਼ਰਤ ਭਿੰਨਾਂ ਨੇ ਉਹਨਾਂ ਨੂੰ ਸਿੰਪਲ ਸਮਾਨ ਸਧਾਰਨ ਭਿੰਨਾਂ ਬਣਾਉਣਾ ਹੈ। ਜਿਵੇਂ ਤੁਹਾਨੂੰ ਪਹਿਲਾਂ ਹੀ ਤਰੀਕਾ ਦੱਸਿਆ, 4 ਨੂੰ 2 ਨਾਲ ਗੁਣਾ ਕਰਨੀ ਆ ਅਤੇ ਵਿੱਚ 3 ਪਲੱਸ ਕਰ ਦੇਣਾ ਹੈ। ਤਾਂ 11/4 ਆ ਗਿਆ ਸਾਡਾ। ਇੱਥੇ ਇਸੇ ਤਰੀਕੇ ਨਾਲ ਇੱਥੇ ਕਰ ਦੇਣਾ। ਤਾਂ ਇਹ ਤਿੰਨੇ ਜਿਹੜੀਆਂ ਨੇ ਇੱਕ ਸਾਰ ਬਣ ਗਈਆਂ। ਤਾਂ ਹੁਣ 4, 6, 8 ਜਿਹੜੇ ਹਰ ਨੇ ਉਹਨਾਂ ਦਾ ਲੱਲਾ ਸੱਸਾ ਵਾਹਵਾ ਕੱਢਣਾ ਹੈ ਲਘੁੱਤਮ, ਜਿਵੇਂ ਪਹਿਲਾਂ ਤੁਸੀਂ ਸਿੱਖਿਆ ਹੈ। 2 ਜਿਹੜਾ 4, 6, 8 ਕਿਹੜੇ ਪਹਾੜੇ 'ਤੇ ਜਾਂਦਾ, ਤਾਂ ਛੋਟੇ ਤੋਂ ਛੋਟੀ ਸੰਖਿਆ ਜਿਹੜੀ ਆ ਉਹ ਇਸ 'ਤੇ ਆਊਗੀ। ਤਾਂ ਇਸ ਦਾ ਲਘੁੱਤਮ ਜਿਹੜਾ ਇਹ ਕੱਢ ਕੇ ਸਾਡਾ ਆ ਗਿਆ 24। ਤਾਂ ਇਸ ਨੂੰ ਅੱਗੇ ਅਸੀਂ ਕਰਨਾ ਹੈ, ਜਦੋਂ ਜੋੜ ਕਰਨਾ ਹੈ ਤਾਂ ਕੀ ਕਰਨਾ, ਅਸੀਂ 24 ਲੰਬੀ ਲਾਈਨ ਲਗਾ ਕੇ ਲਿਖਣਾ। ਇਸ ਤੋਂ ਬਾਅਦ ਜਿਹੜਾ ਹਰੇਕ ਦਾ ਹੇਠਲਾ ਹਰ ਆ ਉਸ ਨੂੰ ਜਿਹੜਾ ਲੱਲਾ ਸੱਸਾ ਵਾਹਵਾ ਆਇਆ ਸਾਡਾ ਉਸ 'ਤੇ ਵੰਡੀ ਜਾਣਾ ਹੈ। ਵੰਡ ਕੇ ਜਿੰਨਾ ਆਉਂਦਾ ਹੈ ਉਸ ਨੂੰ ਉੱਪਰਲੇ ਨਾਲ ਗੁਣਾ ਕਰੀ ਜਾਣਾ ਹੈ। ਤਾਂ ਇੱਥੇ ਵੰਡ ਕੇ ਸਾਡਾ ਆ ਗਿਆ 6, 6 ਨੂੰ 11 ਨਾਲ ਗੁਣਾ ਕੀਤੀ ਸਾਡਾ ਕੀ ਆ ਗਿਆ, 66। ਤਾਂ ਇਸੇ ਤਰ੍ਹਾਂ ਨਾਲ ਹਰੇਕ ਜਿਹੜਾ ਇਹ ਆ ਇਹਨੂੰ ਹੱਲ ਕਰੀ ਜਾਣਾ ਹੈ ਤੁਸੀਂ। ਹੱਲ ਕਰਨ ਤੋਂ ਬਾਅਦ ਉੱਪਰਲਿਆਂ ਨੂੰ ਜੋੜ ਕੇ ਨੀਚੇ ਵਾਲੇ ਨਾਲ ਡਿਵਾਈਡ ਕਰਨਾ, ਵੰਡਣਾ ਹੈ। ਅਤੇ ਇਸ ਤਰ੍ਹਾਂ ਨਾਲ ਤੁਹਾਡੀ ਜਿਹੜਾ ਇਹ ਉੱਤਰ ਆਊਗਾ। ਤਾਂ ਇਹ ਫਟਾਫਟ ਕੈਲਕੂਲੇਸ਼ਨਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਪ੍ਰੈਕਟਿਸ ਦੇ ਨਾਲ। ਇਸੇ ਤਰ੍ਹਾਂ ਇੱਕ ਜਿਹੜੀ ਸ਼ਾਬਦਿਕ ਉਦਾਹਰਨ ਆ, ਜਿਵੇਂ ਰਮਨ ਨੇ 3.5/2 ਕਿਲੋ ਸੰਤਰੇ, 4.5/3 ਕਿਲੋ ਅੰਬ ਖਰੀਦੇ, ਉਸ ਵੱਲੋਂ ਖਰੀਦੇ ਫਲਾਂ ਦਾ ਕੁੱਲ ਭਾਰ ਦੱਸਣਾ ਹੈ। ਤਾਂ ਇਹ ਵੀ ਜੋੜ ਕੇ ਆਊਗਾ। ਪਹਿਲਾਂ ਸਿੰਪਲ ਫਰੈਕਸ਼ਨ ਬਣਾ ਕੇ ਫਿਰ ਫਟਾਫਟ ਲੱਲਾ ਸੱਸਾ ਵਾਹਵਾ ਕੱਢ ਕੇ ਅਤੇ ਇਸ ਦਾ ਉੱਪਰਲਿਆਂ ਦਾ ਜੋੜ ਕਰਕੇ ਸਾਡਾ ਉੱਤਰ ਆਊਗਾ। ਇਸੇ ਤਰ੍ਹਾਂ ਸਾਡੀ ਅਗਲੀ ਉਦਾਹਰਨ ਆ, ਦਲਵੀਰ ਨੇ 3/4 ਘੰਟੇ ਲਈ ਕਸਰਤ ਕੀਤੀ, ਰਣਜੀਤ ਨੇ 7/9 ਘੰਟੇ ਲਈ ਕਸਰਤ ਕੀਤੀ, ਦੋਵਾਂ ਵਿੱਚੋਂ ਕਿਸਨੇ ਜ਼ਿਆਦਾ ਸਮੇਂ ਲਈ ਕਸਰਤ ਕੀਤੀ? ਤਾਂ ਇਹਦੇ ਵਿੱਚ ਕੀ ਆ, ਇਹਦੇ ਵਿੱਚ ਅਸੀਂ ਜਿਹੜਾ ਇਹ ਦੇਖਣਾ ਵੀ ਕਿਹਨੇ ਜ਼ਿਆਦਾ ਕੀਤੀ, ਤੁਲ ਭਿੰਨਾ ਬਣਾਵਾਂਗੇ। ਤਾਂ ਇੱਥੇ ਜਦੋਂ ਕੰਪੈਰੀਜ਼ਨ ਕਰਨਾ ਹੋਵੇ, ਤੁਲਨਾ ਕਰਨੀ ਹੋਵੇ ਕਿਸੇ ਦੇ ਨਾਲ ਵੀ, ਤਾਂ ਉੱਥੇ ਅਸੀਂ ਤੁਲ ਭਿੰਨਾ ਬਣਾਵਾਂਗੇ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ 3/4 ਦੀ ਤੁਲ ਭਿੰਨਾ ਜਿਹੜੀ ਉਹ
ਇਹਦਾ ਇਹ ਹੁੰਦਾ ਕਿ ਕ੍ਰੋਸ ਮਲਟੀਪਲਾਈ ਜਿਹੜੀ ਆ, ਅਸੀਂ ਇਹਦੇ ਵਿੱਚ ਜਦੋਂ ਦੋ ਅਲੱਗ ਅਲੱਗ ਦੀਆਂ ਹੋਣਗੀਆਂ ਤਾਂ ਇਹਨਾਂ ਨੂੰ ਸਮਾਨ ਪੀਨਾ ਬਣਾਉਣ ਵਾਸਤੇ ਇਹਨਾਂ ਦੇ ਜਿਹੜੀ ਕ੍ਰੋਸ ਮਲਟੀਪਲਾਈ ਕਹਿੰਦੇ ਨੇ ਇਹਨੂੰ, ਇਸ ਤਰ੍ਹਾਂ ਨਾਲ ਅਸੀਂ ਇਹਦੇ ਹਰ ਨੂੰ ਇਹਦੇ ਅੰਸ਼ ਨਾਲ ਅਤੇ ਉਲਟ ਜਿਹੜੀ ਆ ਉਹ ਗੁਣਾ ਕਰਕੇ ਅਸੀਂ ਕਰਾਂਗੇ। ਤਾਂ 3/4 ਨੂੰ ਉੱਪਰ ਹੇਠਾਂ ਗੁਣਾ ਕੀਤੀ 9 ਨਾਲ, ਅਤੇ 7 ਕਿਉਂਕਿ ਇਹਦਾ ਜਿਹੜਾ ਇਹਦਾ ਹਰ ਆ ਉਹ 9 ਆ, ਇਸ ਲਈ ਇਹਨੂੰ 9 ਨਾਲ ਗੁਣਾ ਕਰਨੀ ਆ। ਜਿਹੜਾ ਇਹਦਾ ਹਰ ਆ 4 ਆ, ਇਸ ਲਈ ਦੂਜੀ ਭਿੰਨਾ ਜਿਹੜੀ ਉਸਨੂੰ 4 ਨਾਲ ਉੱਪਰ ਹੇਠਾਂ ਗੁਣਾ ਕਰਨੀ ਆ। ਤਾਂ ਸਾਡੇ ਕੋਲ ਇੱਕੋ ਜੇ ਜਿਹੜੇ ਹਰ ਨੇ ਉਹਨਾਂ ਵਾਲੀ ਭਿੰਨਾ ਬਣ ਜਾਣਗੀਆਂ। ਤਾਂ ਇਹਨਾਂ ਨੂੰ ਅਸੀਂ ਉੱਪਰਲਿਆਂ ਨੂੰ ਕੰਪੈਰੀਜ਼ਨ ਕਰ ਸਕਦੇ ਹਾਂ। ਤਾਂ ਇੱਕ 27/36 ਆ, ਇੱਕ 28/36 ਆ। ਤਾਂ 28 ਜਿਹੜਾ ਇਹ ਵੱਡਾ ਹੈ 27 ਨਾਲੋਂ, ਇਸ ਤਰ੍ਹਾਂ ਨਾਲ ਅਸੀਂ ਲਿਖ ਸਕਦੇ ਹਾਂ, ਦੱਸ ਸਕਦੇ ਹਾਂ ਕਿ ਰਣਜੀਤ ਨੇ ਜਿਹੜੀ ਇਹ ਜ਼ਿਆਦਾ ਸਮੇਂ ਲਈ ਕਸਰਤ ਕੀਤੀ ਆ। ਇਸੇ ਤਰ੍ਹਾਂ ਅਭਿਆਸ ਆ, ਦੇਖ ਸਕਦੇ ਹੋ ਤੁਸੀਂ। ਤਾਂ ਅਭਿਆਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਪੁੱਛ ਸਕਦੇ ਹੋ ਤੁਸੀਂ, ਕਮੈਂਟ ਕਰਕੇ ਪੁੱਛ ਸਕਦੇ ਹੋ। ਬਹੁ ਵਿਕਲਪੀ ਪ੍ਰਸ਼ਨ ਨੇ ਜਿਹੜੇ, ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਐਮ ਸੀ ਕਿਊ ਨੇ ਜਿਹੜੇ ਅਸੀਂ ਕਰਾਂਗੇ, ਫਿਲਹਾਲ ਲਈ ਇੰਨਾ ਹੀ, ਫਿਰ ਮਿਲਦੇ ਹਾਂ। ਓਕੇ, ਥੈਂਕਸ।